ਸਰੋਨਤ ਬਿੰਦ ਭਏ ਇਕੱਠੇ ਬਰ ਚੰਡ ਪ੍ਰਚੰਡ ਕੇ ਘੇਰ ਲਇਓ ਹੈ। ਸਾਰੇ ਰਖਤ ਬੀਜ ਇਕੱਠੇ ਹੋ ਗਏ ਹਨ ਅਤੇ ਜ਼ੋਰ ਨਾਲ ਪ੍ਰਚੰਡ ਚੰਡੀ ਨੂੰ ਘੇਰ ਲਿਆ ਹੈ। ਚੰਡ ਔ ਸਿੰਘ ਦੋਹੂੰ ਮਿਲ ਕੇ ਸਭ ਦੈਤਨ ਕੋ ਦਲ ਮਾਰ ਦਇਓ ਹੈ। ਚੰਡੀ ਅਤੇ ਸ਼ੇਰ ਨੇ ਮਿਲ ਕੇ ਦੈਂਤਾ ਦੀ ਸਾਰੀ ਸੈਨਾ ਨੂੰ ਮਾਰ ਦਿੱਤਾ ਹੈ। ਫੇਰ ਉੱਠੇ ਧੁਨ ਕੇ ਕਰਕੇ ਸੁਣ ਕੇ ਮਨ ਕੋ ਛੁੱਟ ਧਿਆਨ ਕਯੋ ਹੈ। ਉਹਨਾਂ ਨੇ ਫਿਰ ਉੱਠ ਕੇ ਅਜਿਹੀ ਧੁਨ ਕੀਤੀ ਜਿਸ ਨੂੰ ਸੁਣ ਕੇ ਮੁਨੀਆਂ ਦਾ ਧਿਆਨ ਛੁੱਟ ਗਿਆ ਹੈ। ਭੂਲ ਗਏ ਸੁਰ ਕੇ ਅਸਵਾਨ ਗੁਮਾਨ ਨਾ ਸਰੋਨਤ ਬਿੰਦ ਗਯੋ ਹੈ। ਦੇਵਤਿਆਂ ਦੀ ਹੋਸ਼ ਗੁੰਮ ਹੋ ਗਈ ਹੈ ਪਰ ਰਖਤ ਬੀਜ ਦਾ ਗੁਮਾਨ ਨਹੀਂ ਮਿਟਿਆ ਹੈ। ਦੋਹਰਾ ਰਖਤ ਬੀਜ ਸੋ ਚੰਡਿਕਾ ਇਉਂ ਕੀ ਨੋ ਬਰ ਯੁੱਧ। ਰਖਤ ਬੀਜ ਨਾਲ ਚੰਡੀ ਨੇ ਇਸ ਤਰ੍ਹਾਂ ਦਾ ਸ੍ਰੇਸ਼ਟ ਯੁੱਧ ਕੀਤਾ। ਅਗਨਤ ਭੇ ਦਾਨਵ ਤਬੈ ਕੱਛ ਨਾ ਬਸਾਇਓ ਕ੍ਰੁੱਧ। ਪਰ ਤਦ ਹੀ ਅਣਗਿਣਤ ਦੈਂਤ ਪੈਦਾ ਹੋ ਗਏ ਅਤੇ ਉਹਨਾਂ ਉੱਤੇ ਦੇਵੀ ਦੇ ਕ੍ਰੋਧ ਦਾ ਕੋਈ ਵਸ ਨਾ ਚੱਲਿਆ। ਸਵਈਆ ਭੇਖ ਦੱਸੋ ਦਿਸਦੇ ਬਹੁ ਦਾਨਵ ਚੰਡ ਪ੍ਰਚੰਡ ਤੱਚੀ ਅੱਖੀਆਂ। ਦਸਾਂ ਦਿਸ਼ਾਵਾਂ ਤੋਂ ਬਹੁਤ ਸਾਰੇ ਦੈਂਤਾਂ ਨੂੰ ਵੇਖ ਕੇ ਪ੍ਰਚੰਡ ਚੰਡੀ ਨੇ ਅੱਖਾਂ ਤਣ ਲਈਆਂ। ਤਬ ਲੈ ਕੇ ਕਿਰਪਾਨ ਜੋ ਕਾਟ ਦੇ ਅਰ ਫੂਲ ਗੁਲਾਬ ਕੀ ਜਿਉਂ ਪੱਕੀਆਂ। ਤਦੋਂ ਤਲਵਾਰ ਲੈ ਕੇ ਗੁਲਾਬ ਦੀਆਂ ਪੰਖੜੀਆਂ ਵਾਂਗ ਵੈਰੀਆਂ ਨੂੰ ਕੱਟ ਦਿੱਤਾ। ਸਰੋਣ ਕੀ ਛੀਟ ਭਰੀ ਤਨ ਚੰਡ ਕੇ ਸੋ ਉਪਮਾ ਕਵ ਨੇ ਲਖੀਆ। ਚੰਡੀ ਦੇ ਸਰੀਰ ਉੱਤੇ ਲਹੂ ਦੀ ਇੱਕ ਛਿੱਟ ਆ ਪਈ। ਉਸ ਦ੍ਰਿਸ਼ ਦੀ ਉਪਮਾ ਕਵੀ ਨੂੰ ਇਹ ਸੁੱਝੀ। ਜਨ ਕੰਚਨ ਮੰਦਰ ਮੈਂ ਜਰੀਆ ਜਰ ਲਾਲ ਮਨੀ ਜੋ ਬਣਾ ਰੱਖੀਆ। ਮਾਨੋ ਸੋਨੇ ਦੇ ਘਰ ਮੰਦਰ ਵਿੱਚ ਜੜੀਏ ਨੇ ਸੋਨੇ ਜਰ ਵਿੱਚ ਲਾਲ ਮਣੀ ਫਵਾ ਕੇ ਰੱਖੀ ਹੋਵੇ। ਕ੍ਰੁੱਧ ਕਹਿ ਯੁੱਧ ਕਰਿਓ ਬਹੁ ਚੰਡ ਨੇ ਏਤੋ ਕਰਿਓ ਮਦ ਸੋ ਅਭਿਨਾਸੀ। ਚੰਡੀ ਨੇ ਬਹੁਤ ਕ੍ਰੋਧ ਕਰਕੇ ਯੁੱਧ ਕੀਤਾ ਅਤੇ ਇਸ ਤਰ੍ਹਾਂ ਕੀਤਾ ਜਿਵੇਂ ਮਧੂ ਦੈਂਤ ਨਾਲ ਵਿਸ਼ਨੂੰ ਅਭਿਨਾਸੀ ਨੇ ਕੀਤਾ ਸੀ। ਦੈਂਤਨ ਕੇ ਬਦਕਾਰਨ ਕੋ ਨਿਜ ਭਾਲ ਤੇ ਜਵਾਲ ਕੀ ਲਾਟ ਨਿਕਾਸੀ। ਦੈਂਤਾ ਦੇ ਮਾਰਨ ਲਈ ਚੰਡੀ ਨੇ ਆਪਣੇ ਮੱਥੇ ਤੋਂ ਅੱਗ ਦੀ ਇੱਕ ਲਾਟ ਕੱਢ ਲਈ। ਕਾਲੀ ਪ੍ਰਤੱਛ ਪਈ ਤੇ ਰਣ ਫੈਲ ਰਹੀ ਭੈ ਭੀਰ ਪ੍ਰਭਾਸੀ। ਉਸ ਲਾਟ ਤੋਂ ਕਾਲੀ ਪ੍ਰਗਟ ਹੋਈ ਜੋ ਯੁੱਧ ਭੂਮੀ ਵਿੱਚ ਡਰਪੋਕਾਂ ਲਈ ਭੈ ਦੀ ਚਮਕ ਬਣ ਕੇ ਪਸਰ ਗਈ ਹੈ ਅਥਵਾ ਕਾਲੀ ਇੰਜ ਪ੍ਰਗਟ ਹੋਈ। ਮਾਨੋ ਸ੍ਰਿੰਗ ਸੁਮੇਰ ਕੋ ਫੇਰ ਕੈ ਧਾਰ ਭਰੀ ਧਰ ਪੈ ਜਮੁਨਾ ਸੀ। ਮਾਨੋ ਸੁਮੇਰ ਪਰਬਤ ਦੀ ਚੋਟੀ ਨੂੰ ਭੰਨ ਕੇ ਧਰਤੀ ਉੱਤੇ ਜਮੁਨਾ ਦੀ ਧਾਰ ਪਈ ਹੋਵੇ। ਮੇਰ ਹਲਿਓ ਦਹਿਲਿਓ ਸੁਰ ਲੋਕ ਦਸੋ ਦਿਸ ਭੂਦਰ ਭਾਜਤ ਭਾਰੀ। ਉਸ ਵੇਲੇ ਸੁਮੇਰ ਪਰਬਤ ਹਿਲ ਗਿਆ ਦੇਵ ਨਗਰੀ ਸਹਿਮ ਗਈ ਅਤੇ ਦਸਾਂ ਦਿਸ਼ਾਵਾਂ ਵਿੱਚ ਵੱਡੇ ਵੱਡੇ ਪਰਬਤ ਭੱਜਣ ਲੱਗ ਪਏ।
ਚਾਲ ਭਰਿਓ ਤਹਿ ਚੌਦਹਿ ਲੋਕ ਮੈਂ ਬ੍ਰਹਮ ਭਇਓ ਮਨ ਮੈਂ ਭ੍ਰਮ ਭਾਰੀ। 14 ਲੋਕਾਂ ਵਿੱਚ ਹਲਚਲ ਮੱਚ ਗਈ ਅਤੇ ਬ੍ਰਹਮਾ ਦੇ ਮਨ ਵਿੱਚ ਵੀ ਭਾਰੀ ਭਰਮ ਪੈਦਾ ਹੋ ਗਿਆ। ਧਿਆਨ ਰਹਿਓ ਨਾ ਜਟੀ ਸੋ ਫਟੀ ਧਰ ਯੋ ਬਲ ਕੈ ਰਨ ਮੈਂ ਕਿਲਕਾਰੀ। ਸ਼ਿਵ ਜਟੀ ਦਾ ਧਿਆਨ ਵੀ ਲੱਗਿਆ ਨਾ ਰਹਿ ਸਕਿਆ ਅਤੇ ਧਰਤੀ ਵੀ ਫਟ ਗਈ ਜਦੋਂ ਬਲਪੂਰਵਕ ਚੰਡੀ ਨੇ ਕਿਲਕਾਰੀ ਮਾਰੀ। ਦੈਂਤਨ ਕੇ ਬਦ ਕਾਰਨ ਕੋ ਕਰ ਕਾਲ ਸੀ ਕਾਲੀ ਕਿਰਪਾਨ ਸੰਭਾਰੀ। ਦੈਂਤਾ ਦੇ ਮਾਰਨ ਲਈ ਕਾਲੀ ਨੇ ਹੱਥ ਵਿੱਚ ਕਾਲ ਸਮਾਨ ਕਿਰਪਾਨ ਨੂੰ ਧਾਰਨ ਕਰ ਲਿਆ। ਦੋਹਰਾ ਚੰਡੀ ਕਾਲੀ ਦੋਹੋਂ ਮਿਲ ਕੀਨੋ ਇਹ ਵਿਚਾਰ। ਚੰਡੀ ਅਤੇ ਕਾਲੀ ਨੇ ਮਿਲ ਕੇ ਇਹ ਵਿਚਾਰ ਬਣਾਇਆ ਕਿ ਹੋ ਹਨ ਹੋ ਤੂੰ ਸਰੋਣ ਪੀ ਅਰ ਦਲ ਡਾਰਹਿ ਮਾਰ। ਮੈਂ ਚੰਡੀ ਮਾਰਦੀ ਹਾਂ ਅਤੇ ਤੂੰ ਕਾਲੀ ਲਹੂ ਪੀਂਦੀ ਜਾ, ਇਸ ਤਰ੍ਹਾਂ ਅਸੀਂ ਵੈਰੀ ਦਲ ਮਾਰ ਦਿਆਂਗੇ। ਸਵਈਆ ਕਾਲੀ ਓ ਕੇ ਹਰ ਸੰਗ ਲੈ ਚੰਡ ਸੋ ਘੇਰੇ ਸਵੈ ਬਨ ਜੈਸੇ ਦਵਾ ਪੈ। ਕਾਲੀ ਅਤੇ ਸ਼ੇਰ ਨੂੰ ਨਾਲ ਲੈ ਕੇ ਚੰਡੀ ਨੇ ਸਾਰੇ ਰਕਤ ਬੀਜਾਂ ਨੂੰ ਘੇਰ ਲਿਆ ਜਿਵੇਂ ਬਨ ਨੂੰ ਦਾਵਾ ਅਗਨੀ ਪੈ ਜਾਂਦੀ ਹੈ। ਚੰਡ ਕੇ ਬਾਨਣ ਤੇਜ ਪ੍ਰਭਾਵ ਤੇ ਦੈਂਤ ਜਰੈ ਜੈਸੇ ਈਟ ਆਵਾ ਪੈ। ਚੰਡੀ ਦੇ ਬਾਣਾਂ ਦੇ ਤੇਜ ਦੇ ਪ੍ਰਭਾਵ ਕਾਰਨ ਦੈਂਤ ਇਸ ਤਰ੍ਹਾਂ ਸੜ ਗਏ ਜਿਸ ਤਰ੍ਹਾਂ ਇੱਟਾਂ ਆਵੇ ਵਿੱਚ ਸੜਦੀਆਂ ਹਨ। ਕਾਲਿਕਾ ਸਰੋਣ ਪੀਓ ਤਿੰਨ ਕੋ ਕਵ ਨੇ ਮਨ ਮੈਂ ਲੀਓ ਭਾਓ ਪਵਾ ਕੈ। ਕਾਲਕਾ ਨੇ ਉਹਨਾਂ ਦਾ ਲਹੂ ਪੀ ਲਿਆ। ਕਵੀ ਦੇ ਮਨ ਵਿੱਚ ਇਸ ਦ੍ਰਿਸ਼ ਨੂੰ ਵੇਖ ਕੇ ਭਵਾਨੀ ਭਵਾ ਪ੍ਰਤੀ ਇਹ ਭਾਵ ਪੈਦਾ ਹੋਇਆ। ਮਨ ਹੋ ਸਿੰਧ ਕੇ ਨੀਰ ਸਬੈ ਮਿਲ ਧਾਏ ਕਹਿ ਜਾਏ ਪਰੋ ਹੈ ਤਵਾ ਪੈ। ਮਾਨੋ ਸਮੁੰਦਰ ਦਾ ਸਾਰਾ ਜਲ ਮਿਲ ਕੇ ਗਰਮ ਤਵੇ ਉੱਤੇ ਜਾ ਪਿਆ ਹੋਵੇ, ਕਿਉਂਕਿ ਜਲ ਗਰਮ ਤਵੇ ਉੱਤੇ ਪੈਂਦਿਆਂ ਹੀ ਖਤਮ ਹੋ ਜਾਂਦਾ ਹੈ। ਚੰਡ ਹਨੇ ਅਰ ਕਾਲਕਾ ਕੋਪ ਕੈ ਸੋਹਣਤ ਬਿੰਦਨ ਸੋ ਇਹ ਕੀਨੋ। ਚੰਡੀ ਨੇ ਮਾਰਿਆ ਅਤੇ ਕਾਲਕਾ ਨੇ ਕ੍ਰੋਧਵਾਨ ਹੋ ਕੇ ਰਕਤ ਬੀਜਾਂ ਨਾਲ ਇਸ ਤਰ੍ਹਾਂ ਕੀਤਾ। ਖੱਗ ਸੰਭਾਰ ਹਕਾਰ ਤਬੈ ਕਿਲਕਾਰ ਬਿਦਾਰ ਸਵੈ ਦਲ ਦੀਨੋ। ਤਦੋਂ ਤਲਵਾਰ ਸੰਭਾਲ ਕੇ ਅਤੇ ਵੰਗਾਰ ਕੇ ਕਿਲਕਾਰ ਮਾਰ ਕੇ ਸਾਰੇ ਦੈਂਤ ਦਲ ਨਸ਼ਟ ਕਰ ਦਿੱਤੇ। ਆ ਮਿੱਖ ਸਰੋਣ ਅਚਿਓ ਬਹੁ ਕਾਲਕਾ ਤਾਂ ਛਬ ਮੈਂ ਕਵ ਇਓ ਮਨ ਚੀਨੋ। ਕਾਲਕਾ ਨੇ ਬਹੁਤ ਮਾਸ ਖਾਇਆ ਅਤੇ ਲਹੂ ਪੀਤਾ। ਇਸ ਦ੍ਰਿਸ਼ ਦੀ ਛਵੀ ਕਵੀ ਦੇ ਮਨ ਵਿੱਚ ਇੰਜ ਪਈ। ਮਾਨੋ ਛੂ ਧਾਤਰ ਹੋਏ ਕੈ ਮਨੁੱਖ ਸੋ ਸਾਲਣ ਲਾਸੈ ਸੋ ਬਹੁ ਪੀਨੋ। ਮਾਨੋ ਭੁੱਖ ਨਾਲ ਆਤੁਰ ਹੋਏ ਮਨੁੱਖ ਨੇ ਬਹੁਤ ਸਾਰਾ ਸ਼ੋਰਬਾ ਪੀਤਾ ਹੋਵੇ ਅਤੇ ਸਲੂਣਾ ਖਾਇਆ ਹੋਵੇ। ਯੁੱਧ ਰਕਤ ਬੀਜ ਕਰਿਓ ਧਰਨੀ ਪਰ ਸੋ ਸੁਰ ਦੇਖਤ ਸਾਰੇ। ਰਕਤ ਬੀਜ ਨੇ ਧਰਤੀ ਉੱਤੇ ਜੋ ਯੁੱਧ ਕੀਤਾ ਉਸਨੂੰ ਸਾਰੇ ਦੇਵਤੇ ਵੇਖਦੇ ਸਨ। ਜੇ ਤੱਕ ਸਰੋਣ ਕੀ ਬੂੰਦ ਗਿਰੈ ਉੱਠ ਤੇ ਤੱਕ ਰੂਪ ਅਨੇਕਹਿ ਤਾਰੇ।
ਲਹੂ ਦੀਆਂ ਜਿਤਨੀਆਂ ਵੀ ਬੂੰਦਾਂ ਡਿੱਗਦੀਆਂ ਸਨ ਉਹਨਾਂ ਤੋਂ ਅਨੇਕ ਰੂਪ ਧਾਰ ਕੇ ਦੈਂਤ ਉੱਠ ਖੜਾਉਂਦੇ ਸਨ। ਜੁਗਨ ਆਨ ਫਿਰੀ ਚੌਹੂ ਔਰ ਤੇ ਸੀਸ ਜਟਾ ਕਰ ਖੱਪਰ ਪਾਰੇ। ਜੋਗਣੀਆਂ ਚੌਹੋਂ ਪਾਸਿਆਂ ਵੱਲ ਪਸਰ ਗਈਆਂ ਸਨ, ਜਿਨ੍ਹਾਂ ਦੇ ਸਿਰ ਉੱਤੇ ਜਟਾਵਾਂ ਹਨ ਅਤੇ ਹੱਥਾਂ ਵਿੱਚ ਵੱਡੇ ਵੱਡੇ ਖੱਪਰ ਹਨ। ਸੋਨਤ ਬੂੰਦ ਭਰੈ ਅਚਵੈ ਸਭ ਖੱਗ ਲੈ ਚੰਡ ਪ੍ਰਚੰਡ ਸੰਘਾਰੇ। ਜਿਹੜੀਆਂ ਲਹੂ ਦੀਆਂ ਬੂੰਦ ਖੱਪਰ ਵਿੱਚ ਪੈਂਦੀਆਂ ਹਨ ਉਹ ਸਾਰੀਆਂ ਪੀ ਜਾਂਦੀਆਂ ਹਨ ਅਤੇ ਪ੍ਰਚੰਡ ਚੰਡੀ ਤਲਵਾਰ ਨਾਲ ਸਭ ਨੂੰ ਮਾਰਦੀ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।